ਏਵਨ ਪੰਜਾਬੀ ਤੇ ਏਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ ਦੋਸਤੋ। ਤਿਉਹਾਰਾਂ ਦੀ ਭਰਮਾਰ ਨੇੜੇ ਹੈ ਔਰ ਦਿਨੋ ਦਿਨ ਦਿਵਾਲੀ ਦੇ ਵਿੱਚ ਆਪਾਂ ਸਾਰੇ ਵਿਅਸਤ ਹਾਂ ਔਰ ਘਰਾਂ ਦੀ ਸਫਾਈ ਔਰ ਨਾਲ ਨਾਲ ਦੁਕਾਨਦਾਰ ਤੁਹਾਡੀ ਮਤਲਬ ਸਿਹਤ ਨਾਲ ਇੰਨਾ ਕੁ ਖਿਆਲ ਰੱਖਦੇ ਹੈ ਕਿ ਇੰਨੇ ਵਧੀਆ ਤਰੀਕੇ ਦੇ ਨਾਲ ਉਹ ਮਠਿਆਈ ਨੂੰ ਬਣਾਉਂਦੇ ਨੇ ਕਿ ਸਫਾਈ ਮਤਲਬ ਬਿਲਕੁਲ ਉਹ ਸਫਾਈ ਤੋਂ ਇੰਨਾ ਮਤਲਬ ਨਜ਼ਦੀਕ ਨੇ ਕਿ ਗੰਦਗੀ ਨਾਮ ਤੋਂ ਦੂਰ ਰਹਿੰਦੇ ਨੇ। ਔਰ ਟੀ ਵੀ ਸਕਰੀਨ 'ਤੇ ਮੈਂ ਕੁਛ ਤਸਵੀਰਾਂ ਦਿਖਾਉਣੀਆਂ ਚਾਹੁੰਦਾ, ਉਹ ਤਸਵੀਰਾਂ ਦੇ ਵਿੱਚ ਤੁਹਾਡੇ ਵਾਸਤੇ ਕਿੰਨੇ ਪਿਆਰ ਦੇ ਨਾਲ ਕਿੰਨੇ ਸਤਿਕਾਰ ਦੇ ਨਾਲ ਬਣਾ ਰਹੇ ਨੇ ਜੀ ਇਹ ਮਠਿਆਈ। ਪਹਿਲਾਂ ਵੇਖੋ ਇਹ ਵਾਇਰਲ ਵੀਡੀਓ। ਦੋਸਤੋ ਇਹ ਮਠਿਆਈ ਬਣ ਕੇ ਜਦੋਂ ਮਤਲਬ ਬੋਨ ਚਾਈਨਾ ਦੀਆਂ ਪਲੇਟਾਂ ਦੇ ਵਿੱਚ ਆ ਜਾਏਗੀ ਤਾਂ ਆਪਾਂ ਲੋਕ ਬੜੇ ਚਮਚੇ ਦੇ ਨਾਲ ਬੜੇ ਹੀ ਪਿਆਰ ਦੇ ਨਾਲ ਇਸ ਨੂੰ ਖਾਵਾਂਗੇ, ਸਵਾਦ ਦੇ ਨਾਲ ਖਾਵਾਂਗੇ। ਪਰ ਬਣਦੀ ਮਠਿਆਈ ਵੇਖ ਕੇ ਕਿਸੇ ਦਾ ਦਿਲ ਨਹੀਂ ਕਰਦਾ ਕਿ ਇਹ ਮਠਿਆਈ ਸਾਡੇ ਅੰਦਰ ਜਾਵੇ। ਇਸ ਤੋਂ ਬਚਣਾ ਔਰ ਕੋਸ਼ਿਸ਼ ਕਰਨੀ ਕਿ ਘਰ ਦੇ ਵਿੱਚ ਜੋ ਵੀ ਤੁਸੀਂ ਬਣਾ ਸਕਦੇ ਹੋ ਉਹ ਆਸਾਨੀ ਨਾਲ ਬਣਾ ਕੇ ਆਪਣੇ ਪਰਿਵਾਰ ਵਿੱਚ ਦੀਵਾਲੀ ਦੀਆਂ ਖੁਸ਼ੀਆਂ ਨੂੰ ਹੋਰ ਖੁਸ਼ਗਵਾਰ ਜ਼ਰੂਰ ਕਰੋ। ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।